ना उरे ता पड़िए ਸੇਰਕ ਦਾ ਸਰਫਾ ਕਰਦੀ ਦੋ ਸਿਰ ਖਾ ਗਏ ਕੁੱਤੇ ਆਪਾਂ ਤਾਂ ਪੂਨੂ ਪੂਨੂ ਕਰਦੇ ਫਿਰਦੇ ਆਂ ਆਪ ਕੰਜਰੀ ਨਾਲੇ ਅੱਗੇ ਨੂੰ ਆਈ ਨੀ ਪਤਾ ਅਗਲੇ ਕੰਮ ਤੋਂ ਕੱਢ ਦੇਣਾ ਨਹੀਂ ਮੈਂ ਤੈਨੂੰ ਦੱਸਾਂ ਉਹ ਤਾਂ ਨਾ ਇਹੀ ਜੀ ਬੇਗੌਰੀ ਜੀ ਹੈਗੀ ਜੇ ਉਹਨੂੰ ਗੌਰ ਹੋਵੇ ਆਪਣੀ ਭੈਣ ਤਾਂ ਹੈਗੀ ਆ ਤਾਂ ਕਹਿੰਦੀ ਆ ਆਪਣੀ ਦਿਹਾੜੀ ਤਾਂ ਮਰੀ ਜਾਏਗੀ ਚੱਲ ਇਹਨੂੰ ਬੰਨ ਦੇ ਖੱਟ ਲੈ ਪੁੰਨੇ ਦਾ ਬੰਨ ਜੇ ਮਗਰੋਂ ਹੱਥ ਜਾ ਲਾ ਕੇ ਬੰਨ ਨਹੀਂ ਮੈਂ ਸਟੰਗ ਲੂਗੀ ਆ ਦੇਖ ਲੈ ਭੈਣੇ ਐ ਬੇਗੌਰੀ ਹੈਗੀ ਹੈ ਅਗਲਾ ਜਦੋਂ ਪਸ਼ੂ ਸੂਣ ਵਾਲਾ ਹੁੰਦਾ ਉਹ ਹੀ ਛੱਡ ਕੇ ਪਰਾਂ ਜਾਂਦੀਆਂ ਪੈਸੇ ਮਿਲਦੇ ਨੇ ਨਾਲੇ ਅਸੀਂ ਆਪਦਾ ਖਾਣ ਪੀਣ ਲਿਆਉਂਦੇ ਹਾਂ ਨਾਲ ਕੰਚਰੀ ਨੂੰ ਇਹਨੂੰ ਵੀ ਖਵਾਉਂਦੇ ਹਾਂ ਇਹਦਾ ਵੀ ਢਿੱਡ ਪਾ ਦੇਵਾਂਗੇ ਚੱਲ ਫਿਰ ਇਹਨਾਂ ਦੇ ਰਹਿ ਨਿਓ ਨਾ ਤੁਸੀਂ ਤਾਂ ਕਰਕੇ ਆਹੀ ਤਾਂ ਲਿਹਾਜ ਮਾਰੀ ਜਾਂਦੀ ਹੈ ਵੀ ਚੱਲ ਕਿਰਾਏ ਤੇ ਬੈਠੇ ਹਾਂ ਵੀ ਚੱਲ ਫਿਰ ਕੀ ਹੁੰਦਾ ਜੀ ਪਾਈਆ ਚੀਜ਼ ਇਹਨੂੰ ਲਿਆਤੀ ਚੱਲ ਹੁਣ ਸਾਡਾ ਤਾਂ ਕੀ ਜ਼ੋਰ ਲੱਗਦਾ ਹੋਰ ਚੱਲ ਕੀ ਕੰਮ ਆਈ ਸੀ ਬਤਾਈ ਆਈ ਤੇ ਹਰਮਨ ਨੇ ਭੇਜਿਆ ਸੀ ਕਹਿੰਦੀ ਮੜਾ ਜਾ ਜਾਂਦੀ ਆ ਦੇਖ ਕੇ ਜਾਈ ਸਾਡੀ ਮੱਝ ਵੀ ਸੂਣ ਵਾਲੀ ਹੈਗੀ ਜੇ ਤੇਰੇ ਕੋਲ ਫੋਨ ਆਇਆ ਤਾਂ ਦੇ ਦੀ ਸੁਨੇਹਾ ਕਹਿਆ ਤਾਂ ਸੂਪੀ ਮੇਰੀ ਮੈਂ ਇਸਨੂੰ ਦੇਖ ਗੇੜਾ ਮਾਰਿਆ ਮੈਂ ਤਾਂ ਆਪ ਹੀ ਕਹਿੰਦੀ ਆ ਕਿਤੇ ਉਹ ਉਮੀ ਰਹੀ ਜੀ ਐਡੀਆਂ ਘਸਾਉਂਦੀਆਂ ਇਹ ਤਾਂ ਭਈ ਤੇ ਸੋਚਣਾ ਪਊਗਾ ਸੋਚ ਲੈ ਮੇਰਾ ਤਾਂ ਦਿਮਾਗ ਉੱਡ ਗਿਆ ਮੈਂ ਕਹਿੰਦੀ ਤੂੰ ਤੋੜ ਲੈ ਬੈਰ ਨੇ ਰੋਣ ਲੱਗ ਜਾ ਕਰ ਚੰਗਾ ਮੈਂ ਬੱਥੇ ਤੇ ਆਵਾਂ ਹੁਣ ਚੁੱਪ ਕਰ ਜਾ ਬਾਕੀ ਮੇਰੀ ਕਰਾਂਗੇ
ਜੇ ਬਾਗੀ ਬਾਗ ਜਾਣ ਦੇ ਸਾਰਾ ਕੁਝ ਬਣਿਆ ਬਣਾਇਆ ਘਰ ਮਿਲ ਗਿਆ। ਹਾਂ ਅਸੀਂ ਤਾਂ ਮੈਨੂੰ ਤੇਰਾ ਪਿਆਰ ਆ ਜਾਂਦਾ ਪਿਆਰ ਆ ਜਾਂਦਾ ਚੱਲ ਨੀ ਮੇਰੀ ਭੈਣ ਜਿਉਂਦੀ ਵੱਜਦੀ ਰਹੇ ਜਿਹੜੀ ਮੇਰੇ ਦਿਮਾਗ ਚ ਗੱਲ ਪਾ ਦਿੰਦੀ ਹੈ ਬਾਹਲੀ ਸਿਆਣੀ ਹੈ। ਹਾਂ ਉਹ ਮੱਚੀ ਮਚਾਈ ਰਹਿੰਦੇ ਸਾਰਾ ਦਿਨ ਮੱਚੀ ਨਹੀਂ ਬੋਲੀਏ ਮੈਨੂੰ ਸੋਚ ਲੱਗ ਰਹੀ ਹੈ ਆਪਣੇ ਤਾਂ ਦੋਏ ਭੈਣਾਂ ਤੋਂ ਬਿਨਾਂ ਹੈ ਵੀ ਕੋਈ ਨੀ ਤੂੰ ਇਹ ਤਾਂ ਛੱਡ ਆਪਣੀਆਂ ਤਾਂ ਨਾ ਜੇ ਸਮਝੇ ਲੋਕੀ ਤਾਂ ਕਹਿੰਦੇ ਨੇ ਦੱਸੇ ਆਪਣੇ ਤਾਂ ਪੈਰਾਂ ਨੀ ਸੋਚ ਲੱਗ ਰਹੀ ਹੈ 80,000 ਤੋਂ ਘੱਟ ਇੱਕ ਮੱਝ 30 ਲੱਖ ਰੁਪਏ ਦੀ ਪਹਿਲੇ ਸੂਏ ਆ ਲੱਖ ਤਾਂ ਬਟ ਉਹਦਾ ਜਾਂਦੇ ਚੋਰ ਦੀ ਪੱਗ ਸਹੀ ਜੇ ਲੱਖ ਪੱਗ ਕੀ ਚੋਰ ਵੀ ਨਾਲ ਲੈ ਕੇ ਨਹੀਂ ਸੋਹਣਾ ਉਹ ਤਾਂ ਇਹ ਹੈ ਮੈਂ ਤਾਂ ਇਹ ਕਹਿੰਦੀ ਹਾਂ ਵੀ ਜੇ ਦੋਏ ਵੀ ਲੱਖ ਸਵਾ ਲੱਖ ਦੇ ਵੀ ਦੁਰ ਫਿਟੇ ਨੂੰ ਤੇਰੇ ਜੰਮਣ ਦੇ ਲੱਖ ਸਵਾ ਲੱਖ ਇਹ ਚੱਲ ਉਹ ਤਾਂ ਮੰਨ ਲਗੀ ਤੇਰੀ ਗੱਲ ਕੋਈ ਵਪਾਰੀ ਦੀ ਕਰ ਗੱਲ ਆਪਾਂ ਟਪਾ ਦਈਏ ਦੋਨੇ ਮੱਝਾਂ ਤੇ ਰਹਿੰਦਾ ਖੁੰਦਾ ਮੈਂ ਤਾਂ ਕਹਿੰਦੀ ਆਏਗਾ ਵੀ ਬੱਤੀ ਹੋਰ ਮੇਰੀ ਗੱਲ ਸੁਣ ਉੱਥੇ ਨਾ ਮੈਨੂੰ ਇੱਕ ਜਿੱਦੇ ਪਾਉਂਦੇ ਜਿੱਦੇ ਉਹਦੇ ਨਾ ਮੈਨੂੰ ਕੋਈ ਉੱਥੇ ਟੱਕਰੀ ਸੀ ਦੋਏ ਜੀ ਸੀਗੇ ਤੇ ਕਹਿੰਦੇ ਵੀ ਵੀ ਚੱਲ ਅਸੀਂ ਕੰਮ ਦੀ ਤਲਾਸ਼ 'ਚ ਉਰੇ ਮਿਰਜ਼ਾਂ ਦਾ ਆਹ ਕੰਮ ਰੋਟੀ ਪਕਾ ਲੈਂਦੇ ਹਾਂ ਸਾਡੇ ਘਰੇ ਕਹਿੰਦੇ ਵੀ ਦੇਖ ਝਾੜੂ ਪੋਚਾ ਕਰਨਾ ਇੱਕ ਜਾਣੀ ਝਾੜੂ ਪੋਚਾ ਮਾਰਨੇ ਤੇ ਵਧੀਆ ਘਰ ਬਾਰ ਹੈ ਕਹਿੰਦੇ ਅਸੀਂ ਦੋਏ ਜੀ ਰਹਿੰਦੇ ਹਾਂ ਵੀ ਸਾਡੀ ਸੇਵਾ ਖਾਣਾ ਦਾਣਾ ਕਹਿੰਦੇ ਸਾਡਾ ਤੇ ਉੱਥੋਂ ਦਾ ਫਿਰ ਦੋਏ ਜੀ ਨੇ ਉਹ ਕੁਛ ਬੇਰੀ ਨੂੰ ਨੋਟ ਲੱਗਣ ਵਾਲੀ ਗੱਲ ਹੈ ਹਾਂ ਮਾਰ ਕੇ ਸੱਟ ਲੈ ਜਿੰਨੇ ਸੱਟ ਲੈ ਇਹ ਇੱਕ ਗੱਲ ਨਾ ਮੇਰੇ ਦਿਮਾਗ 'ਚ ਹੋਰ ਘੁੰਮਦੀ ਆ ਵੀ ਫਿਰ ਉਹ ਜਿਹੜੀ ਆਪਣੀ ਸਿਸਟਰ ਬਣੀ ਹੈ ਉਹਨੇ ਫਿਰ ਚੋਰਾਂ 'ਤੇ ਮੋਰ ਪੈਣੇ ਇਹਦੀਆਂ ਬੱਟ ਪਾਉਣੀਆਂ ਮਾਸੀ 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 ਪੁੱਤ
ਪੁੱਤਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੀ ਮਾਸੀ ਕਿੱਥੇ ਰਹਿੰਗੇ? ਮਾਸੀ ਮਤਲਬ ਜਿਹੜੀ ਇਹ ਘਰ ਆਈ ਹੈਗੀ? ਹਾਂ ਓਬਵੀਅਸਲੀ ਉਹਨਾਂ ਦਾ ਹੀ ਘਰ ਆ। ਤੁਸੀਂ ਕੌਣ? ਕੌਣ? ਹੂ ਆਰ ਯੂ? ਦੱਸ ਦੇ। ਕੋਈ ਨੀ, ਪਹਿਲਾਂ ਪਾਣੀ ਲੈ ਕੇ। ਪਾਣੀ ਕਿੱਥੋਂ ਆਇਆ ਤੁਸੀਂ ਪੁੱਤਰ? ਮੈਂ ਇੰਗਲੈਂਡ ਤੋਂ। ਵੈਸੇ ਮਾਸੀ ਕਿੱਥੇ ਨੇ ਤੁਸੀਂ ਦੱਸਿਆ ਹੀ ਨਹੀਂ, ਮੈਂ ਉਹਨਾਂ ਨਾਲ ਇੰਨੀਆਂ ਗੱਲਾਂ ਕਰਨੀਆਂ, ਇੰਨੀ ਦੂਰੋਂ ਮੈਂ ਉਹਨਾਂ ਨੂੰ ਮਿਲਣ ਆਈ ਹਾਂ ਕਿ ਤੁਸੀਂ ਸਾਨੂੰ ਮਾਸੀ ਹੀ ਸਮਝੋ। ਇਹ ਛੇਤੀ ਆ ਕੇ ਪਾਣੀ ਲਿਆ, ਕੁੜੀ ਐਡੀ ਦੂਰੋਂ ਆਈ ਆ, ਦਰਖਤ ਨੇ ਫਰੀਜ ਤਾਂ ਲਿਆਉਂਦੀ, ਤੇ ਭੁੱਲ ਗਈ ਪੀਲੇ ਪੀਲੇ ਫਿਲਟਰ ਵਾਲਾ ਨਾ। ਹਾਂ ਹਾਂ ਹਾਂ, ਓਕੇ ਫਿਲਟਰ ਵਾਲਾ ਪਾਣੀ ਇੱਥੇ ਫਿਲਟਰ। ਜੇ ਉਹ ਮੈਂ ਕਿਹਾ ਸਾਨੂੰ ਹੀ ਮਾਸੀ ਸਮਝ ਲਾ ਹਨਾ। ਹਾਂ ਹਾਂ, ਉਹ ਨਾ ਸਾਨੂੰ ਜ਼ਿੰਮੇਵਾਰੀ ਜੀ ਸੰਭਾਲ ਕੇ ਘਰ ਦੀ ਕੰਮ ਗਈ ਹੈ, ਕੰਮ ਗਈ ਹੈ ਜ਼ਰੂਰੀ। ਓਹੋ, ਮੈਂ ਤਾਂ ਇੰਨੀ ਦੂਰੋਂ ਉਹਨਾਂ ਨੂੰ ਮਿਲਣ ਆਈ ਸੀਗੀ। ਕੋਈ ਨਾ ਪੁੱਤ, ਤੂੰ ਸਾਨੂੰ ਮਿਲ ਲੈਣ। ਹਾਂ ਵੈਸੇ ਤੁਸੀਂ ਹੋਂ ਕੌਣ? ਮੈਨੂੰ ਛਾਣਿਆ ਨਹੀਂ ਤੁਹਾਨੂੰ। ਐਸੀ ਨਾ ਤੇਰੀ ਮਾਸੀ ਦੀਆਂ ਸੁਰਮੇ ਦਾ ਟਿੱਕਾ ਲਾ ਦੇਣਾ। ਸੁਰਮੇ ਦਾ ਟਿੱਕਾ ਲਾ ਲੈ। ਨੋ 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 ਨੋ, ਆਈ ਨਹੀਂ ਮੇਰੇ ਕੋਲ ਇੱਥੇ ਲਾ ਲੈ ਕਰ ਕੰਨ ਦੇ। ਨੋ ਆਮ ਓਕੇ, ਫਿਰ ਨਜ਼ਰ ਨਹੀਂ ਲੱਗਦੀ। ਨੋ ਆਮ ਓਕੇ। ਅੱਛਾ ਹੁਣ ਚਾਹ ਵੀ ਮੈਂ ਬੁੱਤ ਚਾਹ। ਨੋ ਮੈਂ ਚਾਹ ਨਹੀਂ ਪਿੰਦੀ। ਨਿੰਬੂ ਵਾਲਾ ਪਾਣੀ? ਵਾਟ? ਨਿੰਬੂ ਵਾਲਾ ਪਾਣੀ? ਸਕਿੰਜ ਵੀ? ਸਕਿੰਜ ਵੀ? ਆਈ ਡਿਡਨਟ ਅੰਡਰਸਟੈਂਡ। ਮੈਨੂੰ ਤਾਂ ਹੈ ਨਹੀਂਗਾ ਬੁੱਤ। ਕਾਫੀ? ਕਾਫੀ ਹੈਗੀ? ਕਾਫੀ? ਇਹ ਕਾਫੀ ਪੀ ਅੰਦਰ ਲੈ ਜਾ। ਕਾਫੀ ਪੀਣਾ? ਪੀਣੇ ਵੀ ਕਾਫੀ? ਓਕੇ, ਆਈ ਡੋਨਟ ਵਾਂਟ ਐਨੀਥਿੰਗ। ਕਾਫੀ ਪੀਣਾ ਚਾਹੀਦਾ ਨਹੀਂ? ਨੋ ਨੋ ਨੋ, ਮੈਨੂੰ ਕੁਛ ਨਹੀਂ ਚਾਹੀਦਾ। ਵੈਸੇ ਮਾਸੀ ਜੀ ਕਦੋਂ ਤੱਕ ਆਉਣਗੇ? ਦੱਸ ਕੇ ਨਹੀਂ ਗਈ, ਅਸੀਂ ਤਾਂ ਆਪ ਕੰਮ ਤੋਂ ਰਹਿ ਗਈਆਂ। ਆਹੀ ਕੰਮ ਹੈ ਸਾਡੇ ਕੋਲੇ, ਅੱਜ ਸਾਡਾ ਦਿਨ ਮਰ ਗਿਆ, ਨਹੀਂ ਤਾਂ ਲਾ ਕੇ 500-400 ਰੁਪਏ ਆ ਜਾਣਾ ਸਾਡੇ ਕੋਲੇ। ਪਤਾ ਨਹੀਂ ਕਿੱਧਰ ਵਗ ਗਈ, ਹਰ ਕੇ ਉਰੇ ਅਸੀਂ ਫਿਰਦੀਆਂ। ਪੁੱਤ ਉਹ ਬਸ ਕੋਈ ਗੱਲ ਨਹੀਂ, ਸੀ ਤੇਰੀ ਸੇਵਾ ਕਰਾਂਗੇ ਜਿੰਨੇ ਚਿਰ ਤੇਰੀ ਮਾਸੀ ਨਹੀਂ ਆਊਗੀ ਨਾ। ਮੈਂ ਤੇ 2-3 ਦਿਨ ਵਾਸਤੇ ਆਈ ਸੀਗੀ, ਮੈਨੂੰ ਸੀ ਵਾਪਸ, ਮੈਂ ਫਿਰ ਫੋਰਨ ਵੀ ਜਾਣਾ, ਟਿਕਟਸ ਵਗੈਰਾ ਮਿਲਦੀਆਂ ਨਹੀਂ ਨਾ ਟਾਈਮ ਤੇ, ਏਅਰਪੋਰਟ ਵੀ ਜਾਣਾ ਹੁੰਦਾ। ਫੋਰਨ ਦੇ ਨਹੀਂ ਜਾਣਾ? ਫੋਰਨ ਦੇ ਨਹੀਂ ਜਾਈ ਪੁੱਤ। ਵਾਈ? ਕਿਉਂ? ਇਹ ਕਹਿੰਦੇ ਫੁਰਨ ਦੇ ਨਹੀਂ ਜਾਣਾ ਮੈਂ। ਹਾਂ ਹਾਂ, ਆਪਾਂ ਕਹਿੰਦੇ ਉਹਨੇ ਵੀ ਆਹ ਕੰਮ ਫੁਰਨ ਦੇ ਨੇ ਕਰ ਦਿੱਤਾ। ਏਸੀ ਨਹੀਂ ਆਇਆ? ਏਸੀ ਨਹੀਂ ਹੈਗਾ? ਹੈਗਾ ਹੈਗਾ ਹੈਗਾ, ਇਧਰਲੇ ਕਮਰੇ 'ਚ ਆ, ਇਹਦੀ ਮਾਸੀ ਵਾਲੇ ਕਮਰੇ 'ਚ ਏਸੀ ਹੈਗਾ। ਅੱਛਾ, ਉਹ ਠੰਡੀ ਹਵਾ ਵਾਲਾ? ਹਾਂ। ਹੋਰ ਇੱਥੇ ਤਾਂ ਗਰਮੀ ਬਹੁਤ ਹੈ। ਆ ਜਾ ਪੁੱਤ, ਅੰਦਰ ਅੰਦਰ। ਏਸੀ ਤੇਰੀ ਮਾਸੀ ਵਾਲੇ ਕਮਰੇ 'ਚ ਹੈਗਾ? ਹੋ ਸਕੇ ਤਾਂ ਕਾਫੀ ਬਣਾ ਲਿਓ ਪਲੀਜ਼, ਕਾਫੀ ਇੱਕ ਤੇ ਬਲੈਕ ਕੈਪੂਚੀਨੋ। ਓਕੇ, ਇਹ ਪਤਾ ਨਹੀਂ ਕੀ ਕੋਈ ਉਸ ਪਤਾ ਹੈ, ਕੰਜਰ ਨੂੰ ਦੱਸ ਦੇ ਉਹ ਸੋਚੂਗਾ। ਇਹ ਮੈਂ ਉਹਨੂੰ ਲਾਉਣੀ ਥਾ ਬੱਚਾ ਉਹ ਸਮਝ। ਹਾਏ ਜੇ ਕੁੜੀ ਦਾ ਵਿਆਹ ਆਪਣੇ ਮੁੰਡੇ ਦੇ ਨਾਲ ਹੋ ਜੇ, ਭਤੀਜ ਨੂੰ ਕਿੰਨੀ ਸੋਹਣੀ ਇਹ ਨਵਾਂ ਜੀ ਗੁੱਟਰ ਮੁੱਟਰ ਜੇ ਬੋਲਦੀ ਹੈ, ਮੈਨੂੰ ਤਾਂ ਸੋਹਣੀ ਲੱਗਦੀ ਹੈ। ਸੱਚੀ ਮੱਚੀ ਹੈ ਇਹ, ਅੱਜ ਤਾਂ ਕਿਰਪਾ ਕਰਦੇ ਇਹ ਕੁੜੀ ਦਾ ਵਿਆਹ ਮੇਰੇ ਪਿੱਛੇ ਨਾ ਦੋਨਾਂ ਦਾ ਹੀ ਆ, ਤੇ
ਫਿਰ ਨਾ ਲੋਕ ਕਿਆ ਕਰਨਗੇ। ਮਾੜਾ ਸੋਹਣਾ ਬੋਲਦੀ ਹੈ, ਹੌਲੀ ਹੱਸ ਸੁਣ ਜੂਗਾ। ਉਹ ਕੀ ਕਹਿੰਦੀ ਹੈ, ਉਹ ਕਾਪੀ ਪਤਾ ਨੀ ਕੀ ਬੁੱਕ ਕਾਪੀ ਬੁੱਕ ਫੋਨ ਕਰ, ਫੋਨ ਲਾਉਂਦੇ ਹਾਂ। ਇੱਥੇ ਤਾਂ ਫਿਰ ਤਾਂ ਰਹਿੰਦਾ ਉਹ, ਡਿਊਟੀ ਜਾਂਦਾ ਦਫ਼ਤਰ ਜਾਂਦਾ ਉਹ।